ਸ਼੍ਰੀ ਰਾਮ ਟਰਾਂਸਪੋਰਟ ਫਾਈਨੈਂਸ ਕੰਪਨੀ ਲਿਮਿਟਿਡ ਬ੍ਰਾਂਚ ਗੁਰਦਾਸਪੁਰ ਬਟਾਲਾ ਵੱਲੋਂ ਦੂਜਾ ਸਕਾਲਰਸ਼ਿਪ ਇਵੈਂਟ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ SC ਹਰਵਿੰਦਰ ਸਿੰਘ ਸੰਧੂ ਅਤੇ ਐਡਵੋਕੇਟ ਵਿਨੋਦ ਸਰਚੰਦ ਪਹੁੰਚੇ ਅਤੇ ਇਸ ਵਿੱਚ RBH ਸੁਖਿੰਦਰ ਸਿੰਘ, RBH ਅਕਸ਼ੈ ਕੁਮਾਰ, RRH ਚਰਿੱਤਰ ਸਿੰਘ, RTI ਦਿਨੇਸ਼ ਕੁਮਾਰ, ਐਡਵੋਕੇਟ ਸਤੀਸ਼ ਕੁਮਾਰ, ਐਡਵੋਕੇਟ ਰਕੇਸ਼ ਮਲਹੋਤਰਾ, ਐਡਵੋਕੇਟ ਭਗਵਾਨ, ਬ੍ਰਾਂਚ ਮੈਨੇਜਰ ਡੈਨੀ ਦੇਵਦਤ ਅਤੇ ਸੋਹਣ ਸਿੰਘ ਹਿਤੇਸ਼ ਕੁਮਾਰ ਜੀ ਵੀ ਸ਼ਾਮਲ ਹੋਏ, ਜਿਨ੍ਹਾਂ ਸਦਕੇ 136 ਸਟੂਡੈਂਟ ਨੂੰ ਲਗਭਗ 4,30,000 ਰੁਪਏ ਸਕਾਲਰਸ਼ਿਪ ਵੰਡ ਕੇ ਸ਼੍ਰੀ ਰਾਮ ਕੰਪਨੀ ਦਾ ਬੱਚਿਆਂ ਨੇ ਬਹੁਤ ਧੰਨਵਾਦ ਕੀਤਾ ਕਿ ਉਹ ਅੱਗੇ ਤੋਂ ਵੀ ਇਸ ਥਾਂ ਦੇ ਉਪਰਾਲੇ ਕਰਦੇ ਹਨ ਤਾਂ ਜੋ ਬੱਚੇ ਅੱਗੇ ਤੋਂ ਵੀ ਜ਼ਿਆਦਾ ਸਕਾਲਰਸ਼ਿਪ ਲੈ ਕੇ ਜਾਣ। ਇਸ ਦੇ ਨਾਲ ਹੀ SPD ਸਾਹਿਬ ਵੱਲੋਂ ਵੀ ਸ਼੍ਰੀ ਰਾਮ ਕੰਪਨੀ ਦੀ ਇਸ ਪਹਿਲ ਨੂੰ ਕਾਫੀ ਸ਼ਲਾਘਾ ਕੀਤਾ ਗਿਆ ਅਤੇ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ। ਜਗਜੀਤ ਸਿੰਘ ਦੀ ਖਾਸ ਰਿਪੋਰਟ, ਇੰਡੀਆ ਕ੍ਰਾਈਮ ਨਿਊਜ਼। ਥੈਂਕ ਯੂ ਸਰ। ਜਸਪ੍ਰੀਤ ਕੌਰ, ਆਕਾਸ਼ਵੀਰ ਸਿੰਘ, ਮੈਂ ਸਤੀਸ਼ ਕੁਮਾਰ, ਐਡਵੋਕੇਟ ਸ਼੍ਰੀ ਰਾਮ ਕੰਪਨੀ ਦਾ। ਇਹ ਸੈਕਿੰਡ ਇਵੈਂਟ ਹੈਗਾ ਗੁਰਦਾਸਪੁਰ 'ਚ, ਜੋ ਕਿ ਬਹੁਤ ਹੀ ਸਾਡਾ ਸਕਸੈਸਫੁਲ ਰਿਹਾ ਵਾ। ਮੇਨ ਮੋਟਿਵ ਇਸ ਈਵੈਂਟ ਦੇ, ਸਕੋਲਰਸ਼ਿਪ ਈਵੈਂਟ ਦੇ, ਕੰਪਨੀ ਦਾ ਮੇਨ ਮੋਟਿਵ ਇਹ ਵਾ, ਉਹਨਾਂ ਦੇ ਜਿਹੜੇ ਹਾਇਰ ਓਫਿਸ਼ੀਅਲ ਨੇ ਉਹਨਾਂ ਦੀ ਸੋਚ ਹੈ ਵਾ ਵੀ ਸਾਡੀ ਨੇਸ਼ਨ ਗਰੋਥ ਕਰੇ, ਸਾਡੇ ਬੱਚੇ ਗਲਤ ਕੰਮਾਂ 'ਚ ਨਾ ਪੈਣ, ਜਿਨ੍ਹਾਂ ਨੂੰ ਕੋਈ ਫਾਈਨੈਂਸ਼ੀਅਲ ਹੈਲਪ ਹੈ। ਛੋਟੀ ਜਿਹੀ ਸਾਡੇ ਵੱਲੋਂ ਪਹਿਲ ਕੀਤੀ ਗਈ ਹੈ ਸੈਕਿੰਡ ਟਾਈਮ, ਅਤੇ ਨੈਕਸਟ ਟਾਈਮ 'ਤੇ ਇਸ ਤੋਂ ਵੱਡਾ ਸਾਡਾ ਥੋੜ੍ਹਾ ਉਪਰਾਲਾ ਕਰਨ ਦੀ ਸਾਡੀ ਅਸੀਂ ਹਿੰਮਤ ਕਰਾਂਗੇ। ਅਤੇ ਇਸ ਵਾਰੀ ਤਾਂ ਛੋਟਾ ਜਿਹਾ ਪਹਿਲ ਕੀਤੀ ਹੈ ਜਿਹਦਾ ਕਾਫੀ ਸਾਡਾ ਸਕਸੈਸਫੁਲ ਰਿਹਾ। 136 ਬੱਚਿਆਂ ਨੂੰ ਅਸੀਂ ਸਕੋਲਰਸ਼ਿਪ ਵਿਤਰਿਤ ਕੀਤੀ ਹੈ। ਹਾਂ, ਸਤਵਿੰਦਰ ਸਿੰਘ ਹੈ ਜੀ। ਅੱਜ ਦਾ ਸਰ ਪ੍ਰੋਗਰਾਮ ਲਿਖਿਆ ਗਿਆ ਹੈ, ਕੀ ਗਿਆ ਇਸ ਪ੍ਰੋਗਰਾਮ ਦੇ? ਅੱਜ ਦੇ ਪ੍ਰੋਗਰਾਮ 'ਚ ਸ਼੍ਰੀ ਰਾਮ ਟਰਾਂਸਪੋਰਟ ਕੰਪਨੀ ਵੱਲੋਂ ਇੱਕ ਬੱਚਿਆਂ ਨੂੰ ਇਨਕਰੇਜਮੈਂਟ ਕਰੀ ਦਿੱਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਸਟੱਡੀ ਕਰਨ ਅਤੇ 60% ਤੋਂ ਉੱਪਰ ਨੰਬਰ ਲੈ ਕੇ ਇਹ ਜਿਹੜਾ ਕੰਪਨੀ ਸਕੋਲਰਸ਼ਿਪ ਦੇ ਰਹੀ ਹੈ ਇਹ ਹਾਸਲ ਕਰਨ। ਅਤੇ ਮੈਸੇਜ ਦੇਣਾ ਚਾਹੁੰਦੇ ਆ ਵੀ ਕੰਪਨੀ ਮੈਸੇਜ ਦੇਣਾ ਚਾਹੁੰਦੀ ਹੈ ਕਿ ਇਹ ਬੱਚੇ ਵੱਧ ਤੋਂ ਵੱਧ ਪੜ੍ਹਨ ਅਤੇ ਅੱਗੇ ਦੇਸ਼ ਦਾ ਭਵਿੱਖ ਉਜਵਲ ਕਰਨ। ਅਕਸ਼ੈ ਕੁਮਾਰ ਜੀ, ਸਰ ਕੀ ਨਾਮ ਹੈ? ਅਕਸ਼ੈ ਕੁਮਾਰ। ਅੱਜ ਦਾ ਸਰ ਪ੍ਰੋਗਰਾਮ ਕਿਸ ਦੇ ਤਹਿਤ ਕੀਤਾ ਗਿਆ ਹੈ ਅਤੇ ਕੀ ਸੀਗਾ ਇਸ ਦਾ ਮਤਲਬ? ਅੱਜ ਦਾ ਇਹ ਪ੍ਰੋਗਰਾਮ ਸ਼੍ਰੀ ਰਾਮ ਫਾਊਂਡੇਸ਼ਨ ਗਰੁੱਪ ਹੈ ਜਿਹੜਾ ਸਾਡਾ, ਉਹਦੇ ਸ਼੍ਰੀ ਰਾਮ ਟਰਾਂਸਪੋਰਟ ਫਾਈਨੈਂਸ ਕੰਪਨੀ ਨੇ ਸਕਾਲਰਸ਼ਿਪ ਇਵੈਂਟ ਕੀਤਾ। ਉਹਦੇ ਵਿੱਚ ਅਸੀਂ 8th, 9th, 10th ਦੇ ਜਿਹੜੇ ਬੱਚੇ ਆ ਜਿਨ੍ਹਾਂ ਦੇ 60% ਤੋਂ ਉੱਪਰ ਮਾਰਕਸ ਆਉਂਦੇ ਨੇ ਉਹਨਾਂ ਨੂੰ ਅਸੀਂ ਸ਼੍ਰੀ ਰਾਮ ਟਰਾਂਸਪੋਰਟ ਫਾਈਨੈਂਸ ਕੰਪਨੀ ਲਿਮਿਟਡ ਵੱਲੋਂ ਇੱਕ ਸਕਾਲਰਸ਼ਿਪ 3,000 ਦੇ ਕਰੀਬ ਦਿੱਤੀ ਜਾ ਰਹੀ ਆ। 10th ਤੱਕ 3,000, 10th +1, +2 ਨੂੰ 3,500 ਰੁਪੀਸ। ਕਿਉਂ ਇਹ ਸਾਰਾ ਦਿਮਾਗ ਚ ਆਇਆ ਕਿ ਇਹਨਾਂ ਬੱਚਿਆਂ ਨੂੰ ਸਕਾਲਰਸ਼ਿਪ ਦੇ? ਇਹ ਸਾਡੇ MD ਸਾਹਿਬ ਪਲੱਸ ਸਾਡੀ ਗਰੁੱਪ ਨੇ ਇੱਕ ਸੋਸ਼ਲ ਕਿ ਬੱਚਿਆਂ ਨੂੰ, ਜਿਹੜੇ ਬੱਚੇ ਕੋਈ ਫਾਈਨੈਂਸ਼ੀਅਲ ਕਰਕੇ ਆਪਣੀ ਜਿਹੜੀ ਐਜੂਕੇਸ਼ਨ ਕੰਟੀਨਿਊ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਸਮਾਜ 'ਚ ਜਾ ਕੇ ਉਹਨਾਂ ਦੀ ਕੁਛ ਆਪਣੀ ਕੰਪਨੀ ਵੱਲੋਂ ਕੁਛ ਹੈਲਪ ਕਰ ਸਕੀਏ, ਇਹ ਸਾਡੇ
ਰਿਸਪੈਕਟਡ ਐਮ ਡੀ ਸਰ ਦੇ ਜਿਹੜੇ ਸੁਝਾਅ ਪਲੱਸ ਸਾਡੇ ਗਰੁੱਪ ਆਫ ਚੇਅਰਮੈਨ ਨੇ ਇਹਨਾਂ ਨੂੰ ਨਿਰਧਾਰਿਤ ਕੀਤਾ ਕਿ ਜਿਹੜੇ ਬੱਚਿਆਂ ਨੂੰ ਕੁਛ ਫਾਈਨੈਂਸ਼ਲੀ ਜਿਹੜੀ ਸਪੋਰਟ ਨਹੀਂ ਮਿਲਦੀ ਉਹ ਕੰਪਨੀ ਖੁਦ ਉਹਨਾਂ ਨੂੰ ਇਨਕਰੇਜ ਕਰੇ ਕਿ ਆਉਣ ਵਾਲੇ ਸਮੇਂ 'ਚ ਉਹ ਵਧੀਆ ਪੜ੍ਹ ਕੇ ਆਪਣਾ ਭਵਿੱਖ ਉਜਵਲ ਕਰ ਸਕਣ। ਟੋਟਲ ਕਿੰਨੇ ਬੱਚੇ ਨੇ ਅਤੇ ਕਿੰਨੀ ਸਾਰੀ ਅਮਾਊਂਟ ਜਿਹੜੀ ਬਣਦੀ? ਜੋ ਅੱਜ ਈਵੈਂਟ ਹੋਇਆ ਸਾਡਾ ਗੁਰਦਾਸਪੁਰ ਵਿੱਚ, ਇਹ ਬਟਾਲਾ ਬ੍ਰਾਂਚ ਸਾਡੀ ਗੁਰਦਾਸਪੁਰ ਬ੍ਰਾਂਚ ਦੋਨਾਂ ਨੂੰ ਮਿਲਾ ਕੇ ਹੋਇਆ, ਇਹਦੇ 'ਚ ਅਸੀਂ ਅਪਰੋਕਸੀਮੇਟ 136 ਸਟੂਡੈਂਟ ਨੂੰ ਇਨਕਰੇਜ ਕੀਤਾ ਆ ਔਰ ਉਹ ਅਮਾਊਂਟ ਅਪਰੋਕਸੀਮੇਟ ਸਾਡੀ 5 ਲੱਖ ਰੁਪੀਸ ਬਣਿਆ। ਇਹਦੇ ਵਿੱਚ ਕੇਵਲ ਜਾਂ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਜਾਂ ਦੋਨੋਂ ਇਕੱਠੇ ਇਕੱਠੇ ਨੇ ਜਾਂ ਅਲੱਗ ਅਲੱਗ ਨੇ? ਨਹੀਂ, ਐਕਚੁਲੀ ਸਾਡੇ ਸਿਸਟਮ ਦੇ ਹਿਸਾਬ ਨਾਲ ਜਿਹੜੇ ਸਾਡੇ ਨਾਲ ਜਿਹੜੇ ਸਾਡੇ ਕਸਟਮਰ ਨੇ ਜਿਵੇਂ ਡਰਾਈਵਰ ਆਪਣੇ, ਕਿਉਂਕਿ ਅਸੀਂ ਟਰਾਂਸਪੋਰਟ ਦਾ ਕੰਮ ਕਰਦੇ ਹਾਂ ਜ਼ਿਆਦਾਤਰ, ਸਾਡੇ ਜਿਹੜੇ ਕਸਟਮਰ ਆ ਉਹ ਡਰਾਈਵਰ ਨੋਨ ਕਮਰਸ਼ੀਅਲ ਵਹੀਕਲ ਜਿਵੇਂ ਆਪਣਾ ਫਾਈਨਾਂਸ ਕੰਪਨੀਆਂ, ਉਹਦੇ 'ਚ ਕਮਰਸ਼ੀਅਲ 'ਚ ਜਿਹੜੇ ਸਟੂਡੈਂਟ ਦੇ ਬੱਚੇ ਆ ਜਿਹੜੇ ਪੇਰੈਂਟਸ ਦੇ ਜਿਨ੍ਹਾਂ ਦੇ 60-70% ਮਾਰਕਸ ਤੋਂ ਵੱਧ ਆਏ ਨੇ ਉਹਨਾਂ ਨੂੰ, ਪਲੱਸ ਜਿਹੜੇ ਉਹਨਾਂ ਦੇ ਆਪਣੇ ਸਾਥ ਨੇ ਜਿਵੇਂ ਸਾਡੇ ਕੋਲ ਗਰੰਟਰ ਆ, ਹਾਇਰਰ ਦੇ ਨਾਲ ਗਰੰਟਰ ਆ, ਉਹਦੇ ਬੱਚੇ ਦੇ ਵੀ ਜੇ 60-70% ਆਏ ਹਨ ਉਹਨਾਂ ਨੂੰ ਅਸੀਂ ਮੋਟੀਵੇਟ ਕਰਨ ਲਈ ਇਨਕਰੇਜਮੈਂਟ ਫੰਕਸ਼ਨ ਰੱਖਿਆ। ਕਦੋਂ ਦਾ ਤੁਸੀਂ ਸ਼ੁਰੂ ਕੀਤਾ ਹੈ ਅਤੇ ਕਦੋਂ ਦਾ ਇਹ ਹਰ ਸਾਲ ਕੀਤਾ ਜਾਂਦਾ ਹੈ ਜਾਂ ਕਿੰਨਾ ਟਾਈਮ ਹੋ ਗਿਆ? ਇਹ ਸੈਕਿੰਡ ਟਾਈਮ ਸਾਡਾ ਅੱਜ ਗੁਰਦਾਸਪੁਰ ਵਿੱਚ ਕੀਤਾ ਗਿਆ ਹੈ। ਕੰਪਨੀ ਵੈਸੇ 16 ਦੇ ਕਰੀਬ ਈਵੈਂਟ ਕਰਵਾ ਚੁੱਕੀ ਆ। ਸਾਡਾ ਚੰਡੀਗੜ੍ਹ ਜ਼ੋਨਲ, ਸਾਡਾ ਜਿਹੜਾ ਚੰਡੀਗੜ੍ਹ ਜ਼ੋਨ 'ਚ ਅਸੀਂ ਆਉਂਦੇ ਹਾਂ ਅਤੇ ਸਾਡਾ ਜਲੰਧਰ ਰੀਜਨ ਆ, ਜਲੰਧਰ ਰੀਜਨ ਦੇ ਅੰਦਰ ਗੁਰਦਾਸਪੁਰ ਵਿੱਚ ਇਹ ਸੈਕਿੰਡ ਟਾਈਮ ਈਵੈਂਟ। ਦੂਸਰਿਆਂ ਨੂੰ ਕੀ ਲੋਕਾਂ ਨੂੰ ਜਾਂ ਅਪੀਲ ਕੋ ਸੰਸਥਾ ਵੀ ਹੈਗੀਆਂ ਨੇ ਜਾਂ ਕੀ ਅਪੀਲ ਕਰਨਾ ਚਾਹੋਗੇ? ਜਾਂ ਅਸੀਂ ਸਰ ਇਹ ਵੀ ਅਪੀਲ ਕਰਨੇ ਚਾਹੁੰਦੇ ਹਾਂ ਕਿ ਜਿਹੜੇ ਜਿਵੇਂ ਸਾਡੀ ਕੰਪਨੀ ਨੇ ਸੋਚਿਆ ਕਿ ਕੁਛ ਜਿਹੜੇ ਬੱਚੇ ਨਹੀਂ ਕਿਸੇ ਕਾਰਨਵਸ਼ ਜਾਂ ਕੋਈ ਫਾਈਨੈਂਸ਼ੀਅਲ ਦਿੱਕਤ ਆ ਕਰਨ ਅੱਗੇ ਕੰਟੀਨਿਊ ਹੀ ਕਰ ਸਕਦੇ, ਉਹਨਾਂ ਨੂੰ ਹਰ ਔਰਗਨਾਈਜੇਸ਼ਨ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ। ਦੀਵਾਲੀ ਵਾਸਤੇ ਆਪਣੇ ਕਸਟਮਰਾਂ ਦੇ ਬੱਚਿਆਂ ਨੂੰ ਜਿਹੜਾ ਇੱਕ ਤੋਹਫਾ ਹੀ? ਹਾਂਜੀ, ਇਹ ਦੀਵਾਲੀ ਤਾਂ ਸਮਝ ਲਓ ਕੰਪਨੀ ਦੀ ਇੱਕ ਸਾਡੇ ਐਮ ਡੀ ਰਿਸਪੈਕਟਡ ਐਮ ਡੀ ਸਾਹਿਬ ਦੀ ਸੋਚ ਸਮਝ ਲਓ ਕਿ ਬੱਚਿਆਂ ਨੂੰ ਇਨਕਰੇਜ ਕਰਨ ਵਾਸਤੇ ਉਹਨਾਂ ਨੇ ਇਹ ਫੰਕਸ਼ਨ ਸਾਰੇ ਈਵੈਂਟ ਉਹ ਕੰਟੀਨਿਊ ਰੱਖਾਂਗੇ ਔਰ ਆਉਣ ਵਾਲੇ ਟਾਈਮ 'ਚ ਅਸੀਂ ਜਿਹੜੇ ਬੱਚੇ ਗ੍ਰੈਜੂਏਟ ਆ, ਡਿਗਰੀ ਹੋਲਡਰ ਆ, ਆਈ ਟੀ ਆਈ ਕਰਨਗੇ ਉਹਨਾਂ ਨੂੰ ਇਹ ਅਮਾਊਂਟ ਜਿਹੜਾ ਐਕਸਟੈਂਡ ਵੀ ਕੀਤਾ ਜਾਏਗਾ, ਵਧਾਇਆ ਵੀ ਜਾਏਗਾ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ